ਸੋ ਪੰਜਾਬੀ ਟੀਸ਼ਨ ਤੁਸੀਂ ਦੇਖ ਰਹੇ ਹੋ ਜੀ, ਮੈਂ ਯੋਗੇਸ਼ ਗੁਰਨਾ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਫਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦੇ ਔਨ ਲੋਕੇਸ਼ਨ ਸ਼ੂਟ 'ਤੇ ਇੱਕ ਨਵੀਂ ਖੂਬਸੂਰਤ ਫਿਲਮ ਸ਼ੁਰੂ ਹੋਣ ਜਾ ਰਹੀ ਹੈ ਜੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ। ਸੋ ਮੇਰੇ ਨਾਲ ਫਿਲਮ ਦੇ ਡਾਇਰੈਕਟਰ ਅਤੇ ਫਿਲਮ ਦੀ ਹੀਰੋਇਨ ਮੌਜੂਦ ਨੇ ਜੀ, ਸਾਗਰ ਭਾਅ ਜੀ ਅਤੇ ਸਿੱਧੀ ਮੈਮ ਮੇਰੇ ਨਾਲ ਮੌਜੂਦ ਨੇ। ਸੋ ਇਹਨਾਂ ਨਾਲ ਕੁਝ ਖਾਸ ਗੱਲਾਂ ਬਾਤਾਂ ਕਰਦੇ ਹਾਂ। ਸਾਗਰ ਭਾਅ ਜੀ, ਤੁਸੀਂ ਪਹਿਲਾਂ ਵੀ ਜਾਣਦੇ ਹੋ, ਬੁਰਰਾ ਫਿਲਮ ਇਹ ਬਣਾ ਚੁੱਕੇ ਨੇ ਜੀ, ਬੜੀ ਜ਼ਬਰਦਸਤ ਭੰਗੜੇ 'ਤੇ ਫਿਲਮ ਆਈ ਸੀ ਜੀ, ਆਪਾਂ ਸਾਰਿਆਂ ਨੇ ਦੇਖੀ ਆ, ਅਤੇ ਹੁਣ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਨੇ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਸੋ ਗੱਲਾਂ ਬਾਤਾਂ ਕਰਦੇ ਹਾਂ ਕਿ ਕੀ ਖਾਸ ਇਸ ਮੂਵੀ ਦੇ ਵਿੱਚੋਂ ਲੈ ਕੇ ਆ ਰਹੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਨਾਂ ਤੁਸੀਂ ਬੜਾ ਖਤਰਨਾਕ ਰੱਖ ਲਿਆ ਜੀ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਮਤਲਬ ਕਹਿ ਲਓ ਕਿ ਪਹਿਲਾਂ ਹੀ ਗਾਣਿਆਂ 'ਚ ਬੜੇ ਹਥਿਆਰ ਅਤੇ ਹੋਰ ਚਲਾਏ ਜਾਂਦੇ ਨੇ, ਕੀ ਖਾਸ ਇਸ ਫਿਲਮ ਵਿੱਚ ਦਿਖਾਉਣ ਜਾ ਰਹੇ ਹੋ? ਇਸ ਫਿਲਮ 'ਚ ਅਸੀਂ ਦੱਸਣ ਜਾ ਰਹੇ ਹਾਂ ਕਿ ਹਥਿਆਰ ਚਲਾਉਣੇ ਚਾਹੀਦੇ ਆ ਕਿ ਨਹੀਂ ਚਲਾਉਣੇ ਚਾਹੀਦੇ। ਜੀ ਬੇਸਿਕਲੀ ਜੀ, ਅੱਛਾ, ਚਾਰੇ ਪਾਸੇ ਵੈਸੇ ਹਥਿਆਰਾਂ ਦੀ ਗੱਲ ਹੋ ਰਹੀ ਆ, ਨਾਂ ਤਾਂ ਉਹਨੂੰ ਨਹੀਂ ਲੱਗਦਾ ਕਿ ਹੋਰ ਵੀ ਰੱਖਿਆ ਜਾ ਸਕਦਾ ਸੀ, ਵੀ ਨਾਂ ਤੋਂ ਥੋੜ੍ਹਾ ਜਿਹਾ ਲੋਕ ਪਹਿਲਾਂ ਹੀ ਗਾਣੇ ਵਾਲੇ ਹਥਿਆਰਾਂ ਤੋਂ ਦੁਖੀ? ਨਹੀਂ ਨਹੀਂ ਭਾਅ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਅਸੀਂ ਮਤਲਬ ਕਾਫੀ ਸੋਚਿਆ ਕਿ ਸਾਡੇ ਜਿਹੜੇ ਫਿਲਮ ਨੂੰ ਟਾਈਟਲ ਕਿਹੜਾ ਸੂਟ ਕਰਦਾ ਜੀ, ਕਿਉਂਕਿ ਅਸੀਂ ਹੁਣ ਵੀ ਵੇਖ ਰਹੇ ਹਾਂ ਪੰਜਾਬ ਦਾ ਕਲਚਰ ਦੇਖ ਲਓ ਜਾਂ ਹਰਿਆਣਾ ਦਾ ਦੇਖ ਲਓ ਜਾਂ ਆਪਣੇ ਨੌਰਥ ਇੰਡੀਆ ਦਾ ਕਲਚਰ ਦੇਖੀਏ, ਤਾਂ ਲੋਕ ਬੜੇ ਪ੍ਰੈਫਰ ਕਰਦੇ ਆ, ਹਰ ਬੰਦੇ ਮਤਲਬ ਹਰ ਦੂਸਰੇ ਤੀਸਰੇ ਬੰਦੇ ਜਿੰਨਿਆਂ ਨੂੰ ਮੈਂ ਜਾਣਦਾ ਵਾਂ ਉਹਨਾਂ ਕੋਲ ਗਨ ਹੈਗੀ ਹੈਗੀ ਹੈ, ਪਿਸਟਲ ਹੈਗੀ ਹੈਗੀ ਹੈ, ਚਾਹੇ ਉਹ ਯੂਜ਼ 'ਚ ਹੈ ਜਾਂ ਨਹੀਂ ਹੈ। ਮਤਲਬ ਇੱਕ ਸ਼ੌਂਕ ਹੀ ਹੈ ਕਿ ਮੈਂ ਪਿਸਟਲ ਦਾ ਲਾਇਸੈਂਸ ਲੈ ਲਾਂ ਯਾਰ, ਮਤਲਬ ਉਹ ਪ੍ਰਾਊਡ ਫੀਲ ਕਰਦੇ ਉਸ ਚੀਜ਼ 'ਤੇ ਕਿ ਸਾਨੂੰ ਉਹ ਪ੍ਰਾਊਡ ਫੀਲ ਕਰਨਾ ਚਾਹੀਦਾ, ਜਾਂ ਉਹ ਇੰਨੀ ਨੈਸੈਸਿਟੀ ਹੈ ਸਾਡੇ ਲਈ ਕਿ ਅਸੀਂ ਮਤਲਬ ਐਂ ਸੋਚਣ ਲੱਗ ਪਈਆਂ ਕਿ ਯਾਰ ਸਾਹਮਣੇ ਵਾਲੇ ਕੋਲ ਪਿਸਟਲ ਹੈਗੀ ਹੈ, ਰੱਖੀ ਹੋਈ ਹੈ, ਕੋਈ ਮੈਨੂੰ ਘੇਰ ਹੀ ਨਾ ਲਵੇ, ਕੋਈ ਮੈਨੂੰ ਮਾਰ ਹੀ ਨਾ ਲਵੇ, ਇੰਨੀ ਇਨਸਿਕਿਉਰਟੀ ਹੈਗੀ ਸਾਡੇ ਅੰਦਰ ਜੀ। ਅੱਛਾ ਭਾਅ ਜੀ, ਤੁਸੀਂ ਨਵੀਂ ਕਾਸਟ ਦੇ ਨਾਲ ਕੰਮ ਕਰ ਰਹੇ ਹੋ, ਨੋਰਮਲੀ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਭਾਵੇਂ ਕਿਸੇ ਵੱਡੇ ਐਕਟਰ ਨੂੰ ਐਕਟਿੰਗ ਆਉਂਦੀ ਹੈ ਚਾਹੇ ਨਹੀਂ, ਬਟ ਹਰ ਬੰਦਾ ਕਹਿੰਦਾ ਕਿ ਮੈਨੂੰ ਵੱਡਾ ਚਿਹਰਾ ਤਾਂ ਜ਼ਰੂਰ ਚਾਹੀਦਾ ਭਾਵੇਂ ਉਹ ਕੁਛ ਨਾ ਕਰੇ, ਪਰ ਤੁਸੀਂ ਨਵੇਂ ਆਰਟਿਸਟਾਂ ਨੂੰ ਮੌਕਾ ਦਿੱਤਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ, ਤੁਹਾਡੀ ਪ੍ਰੇਜ਼ ਵੀ ਬਣਦੀ ਆ, ਅਤੇ ਇੱਕ ਨਾ ਇੱਕ ਰਿਸਕ ਵੀ ਹੁੰਦਾ ਨਵੇਂ ਆਰਟਿਸਟ ਨੂੰ ਲੈ ਕੇ ਕੰਮ ਕਰਨਾ, ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਪਹਿਲੀ ਫਿਲਮ ਕੀਤੀ ਸੀ ਬੁਰਰਾ ਜੀ, ਆਈ ਥਿੰਕ ਬੁਰਰਾ ਦੇ ਵਿੱਚ 10 ਤੋਂ 12 ਨਵੇਂ ਚਿਹਰੇ ਸੀਗੇ ਬਿਲਕੁਲ ਉਸ ਵਕਤ ਜੀ, ਅਤੇ ਜੇ ਆਪਾਂ ਐਕਟਰਾਂ ਦੀ ਗੱਲ ਕਰੀਏ, ਯੁਵਰਾਜ ਹਰੀਸ਼ ਦੀ ਵੀ ਇੱਕ ਹੀ ਪਿਕਚਰ ਆਈ ਸੀ ਯਾਰ ਰਣਮੁੱਲੇ ਜੀ, ਠੀਕ ਹੈ, ਬਟ ਉਹ ਅੱਜ ਵੀ ਜਿਹੜੇ 10-12 ਚਿਹਰੇ ਨੇ ਉਹਨਾਂ ਵਿੱਚੋਂ ਕੁਛ ਇਹੋ ਜਿਹੇ ਨਾਮ ਨੇ, ਮੁਕਲ ਦੇਵ ਨੂੰ ਹਾਲਾਂਕਿ ਉਹਨਾਂ ਨੇ ਕੰਮ ਕੀਤਾ ਲੇਕਿਨ ਪੰਜਾਬੀ ਇੰਡਸਟਰੀ ਪਹਿਲੀ ਸੀ, ਬੌਬੀ ਧਾਰੀਵਾਲ ਜੀ ਲੈ ਲਓ ਜਾਂ ਮਤਲਬ ਵੀਰ ਲੈ ਲਓ, ਦੀਪ ਲੈ ਲਓ, ਮਤਲਬ ਕਈ ਐਸੇ ਕਲਾਕਾਰ ਸੀਗੇ ਜੀ ਕਿ ਜਿਹੜੇ ਅੱਜ ਇੰਡਸਟਰੀ ਦੇ ਬਹੁਤ ਵੱਡੇ ਚਿਹਰੇ ਬਣੇ ਹੋਏ ਨਾ, ਤਾਂ ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ, ਠੀਕ ਹੈ, ਤੁਸੀਂ ਉਸ ਟੈਲੈਂਟ ਨੂੰ ਮਤਲਬ ਨਿਖਾਰ ਸਕਦੇ ਹੋ ਜੀ, ਜੇ ਮਤਲਬ ਕਿਸੇ ਦੇ ਅੰਦਰ ਟੈਲੈਂਟ ਹੈਗਾ, ਅਸੀਂ ਉਸ ਟੈਲੈਂਟ ਨੂੰ ਨਿਖਾਰ ਸਕਦੇ ਹਾਂ ਜੀ, ਤਾਂ ਫਿਰ ਉਹ ਰਿਸਕ ਨਹੀਂ ਹੈ ਜੀ। ਫਿਲਮ ਤਾਂ ਕਹਾਣੀ ਦੇ ਹਿਸਾਬ ਨਾਲ ਚੱਲਦੀ ਹੈ ਫਿਲਮ, ਹਾਂ ਠੀਕ ਹੈ, ਮੈਂ ਮੰਨਦਾ ਕਿ ਜੇ ਇੱਕ ਅੱਧਾ ਵੱਡਾ ਐਕਟਰ ਹੋ ਜਾਂਦਾ ਜਾਂ ਸਟਾਰ ਹੋ ਜਾਂਦਾ, ਤੁਹਾਨੂੰ ਇੱਕ ਓਪਨਿੰਗ ਦੇ ਚਾਂਸਿਸ ਹੋ ਜਾਂਦੇ ਆ ਜੀ, ਪਰ ਮੈਨੂੰ ਇਹ ਦੱਸ ਦਿਓ ਕਿ ਕੋਈ ਬੁਰੀ ਫਿਲਮ ਕਿਸੇ ਵੱਡੇ ਐਕਟਰ ਦੀ ਸੁਪਰ ਹਿੱਟ ਹੋਈ ਹੋਵੇ ਜੀ, ਬਿਲਕੁਲ, ਤਾਂ ਮੈਨੂੰ ਦੱਸ ਦਿਓ ਤੁਸੀਂ, ਮੈਨੂੰ ਐਗਜ਼ਾਮਪਲ ਦੇ ਸਕਦੇ? ਬਿਲਕੁਲ ਬਿਲਕੁਲ, ਇਹ ਬਹੁਤ ਵੱਡੀ ਗੱਲ ਸਾਗਰ ਭਾਅ ਜੀ ਨੇ ਕਹੀ ਹੈ। ਸੋ ਫਿਲਮ ਦੀ ਹੀਰੋਇਨ ਸਿੱਧੀ ਆਹੂਜਾ ਮੇਰੇ ਨਾਲ ਮੌਜੂਦ ਨੇ, ਇਹਨਾਂ ਨਾਲ ਕੁਝ ਖਾਸ ਗੱਲਾਂ ਬਾਤਾਂ ਕਰਦੇ ਹਾਂ। ਮੈਡਮ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਹਥਿਆਰਾਂ ਵਾਲੀ ਫਿਲਮ 'ਚ ਤੁਸੀਂ ਕੰਮ ਕਰਨ ਜਾ ਰਹੇ ਹੋ, ਤੁਸੀਂ ਵੀ ਕੋਈ ਹਥਿਆਰ ਚਲਾਓਗੇ? ਨਹੀਂ, ਐਕਚੁਅਲੀ ਜੋ ਹੈ ਜੋ ਨਹੀਂ ਹੈ ਉਹ ਆਪਕੋ ਫਿਲਮ ਦੇਖ ਕੇ ਹੀ ਪਤਾ ਚੱਲੇਗਾ ਜੀ, ਬਿਲਕੁਲ। ਮੈਂ ਅਭੀ ਰਿਵੀਲ ਨਹੀਂ ਕਰ ਸਕਦੀ, ਹੁਣ ਰਿਵੀਲ ਨਹੀਂ ਕਰ ਸਕਦੀ, ਮਨਾ ਕੀਤਾ ਹੋਇਆ ਡਾਇਰੈਕਟਰ ਨੇ। ਤੁਹਾਡਾ ਫਿਰ ਵੀ ਕੈਰੈਕਟਰ ਕਿਸ ਸ਼ੇਡ ਦਾ ਹੋਵੇਗਾ, ਕਿਸ ਤਰ੍ਹਾਂ ਦਾ ਕੈਰੈਕਟਰ ਕਰਨ ਜਾ ਰਹੇ ਹੋ? ਇੱਕ ਕੌਨਫੀਡੈਂਟ, ਸਟਰੋਂਗ, ਰਿਸਪੋਂਸੀਬਲ ਔਰ ਸਮਝਦਾਰ ਲੜਕੀ ਦਾ ਕੈਰੈਕਟਰ ਹੈ ਮੇਰਾ, ਅਤੇ ਇਸ ਫਿਲਮ ਵਿੱਚ ਮਤਲਬ ਸਾਡਾ ਰੋਲ ਬਹੁਤ ਸਟਰੋਂਗ ਹੈ ਜੀ, ਪੰਜਾਬ ਇੰਡਸਟਰੀ ਮੇਂ ਇਤਨਾ ਸਟਰੋਂਗ ਰੋਲ ਜੋ ਸਾਗਰ ਸਰ ਨੇ ਹਮਾਰੇ ਲਈ ਕੀਆ ਹੈ ਡਿਜ਼ਾਈਨ, ਵੋ ਸ਼ਾਇਦ ਹੀ ਕਿਸੇ ਫਿਲਮ ਮੇਂ ਸਾਨੂੰ ਦੇਖਣ ਮਿਲੇ ਜੀ। ਅੱਛਾ, ਅਗਰ ਵੈਸੇ ਸਿੱਧੀ ਦੀ ਪਰਸਨਲ ਸੋਚ ਦੀ ਗੱਲ ਕਰੀਏ, ਤਾਂ ਤੁਹਾਨੂੰ ਪਰਸਨਲੀ ਕਿਹੋ ਜਿਹਾ ਕੈਰੈਕਟਰ ਕਰਨਾ ਇਨ ਫਿਊਚਰ ਪਸੰਦ ਹੋਵੇਗਾ? ਮੁਝੇ ਤੋ ਐਸਾ ਹੀ ਕੈਰੈਕਟਰ ਬਹੁਤ ਪਸੰਦ ਹੈ ਜਿਸਮੇਂ ਸਟਰੋਂਗ ਕੈਰੈਕਟਰਾਈਜੇਸ਼ਨ ਹੋ, ਆਪਕੋ ਸਕਰੀਨ ਮੇਂ ਫਿਲਮ ਮੇਂ ਰਿਵੀਲ ਇਤਨਾ ਕਰਨੇ ਕੋ ਮਿਲੇ, ਆਪ ਆਪਣੇ ਆਪ ਕੋ ਪ੍ਰੇਜ਼ੈਂਟ ਕਰ ਪਾਓ, ਆਪਣੇ ਸਕਿਲਸ ਔਰ ਐਕਟਿੰਗ ਪ੍ਰੇਜ਼ੈਂਟ ਕਰ ਪਾਓ, ਤੋ ਹਮੇ ਵੋ ਚਾਂਸ ਮਿਲਾ ਹੈ ਔਰ ਆਗੇ ਵੀ ਮੈਂ ਚਾਹੂੰਗੀ ਕਿ ਮੁਝੇ ਐਸੇ ਹੀ ਟਾਈਪ ਕੇ ਚਾਂਸਸ ਮਿਲਤੇ ਰਹੇ। ਮਤਲਬ ਤੁਸੀਂ ਕਹਿ ਸਕਦੇ ਥੋੜ੍ਹੇ ਰਫ ਟਫ ਨਜ਼ਰ ਆਉਂਗੇ ਜੀ? ਨਹੀਂ ਨਹੀਂ, ਰਫ ਟਫ ਨਹੀਂ, ਰਫ ਟਫ ਮੇਰਾ ਕੈਰੈਕਟਰ ਨਹੀਂ ਹੈ, ਮੇਰਾ ਕੈਰੈਕਟਰ ਇੱਕ ਸੌਫਟ ਕੌਨਫੀਡੈਂਟ ਸਮਝਦਾਰ ਲੜਕੀ ਦਾ ਹੈ, ਬਟ ਸਟਰੋਂਗ ਕੈਰੈਕਟਰ ਹੈ, ਸਟਰੋਂਗ ਹੈ ਉਹ। ਮੈਂ ਕਿਹਾ ਕਿਤੇ ਤੁਸੀਂ ਵੀ ਲੜਦੇ ਲੁੜਦੇ ਨਜ਼ਰ ਆਉਂਗੇ? ਨਹੀਂ, ਇਹ ਲੜਦੇ ਤਾਂ ਨਜ਼ਰ ਨਹੀਂ ਆਉਣਗੇ, ਬਟ ਇਹ ਹੈ ਕਿ ਜਦੋਂ ਤੁਸੀਂ ਫਿਲਮ ਐਂਡ
ਜਦੋਂ ਪਿਕਚਰ ਦਾ ਹੋਏਗਾ, ਜਦੋਂ ਤੁਸੀਂ ਬਾਹਰ ਨਿਕਲੋਗੇ ਤਾਂ ਇਸ ਮਤਲਬ ਮੈਂ ਨੋਟ ਇਹ ਉਹ ਕੁੜੀਆਂ ਨੂੰ ਮਤਲਬ ਤੁਸੀਂ ਕੈਰੀ ਕਰਕੇ ਆਓਗੇ ਕਿ ਯਾਰ ਚਾਹੀਦਾ ਸੀ ਕਿਆ। ਸੋ ਇਹ ਸੀ ਮੇਰੇ ਨਾਲ ਸਾਗਰ ਭਾਅ ਜੀ ਜੋ ਕਿ ਮੂਵੀ ਨੂੰ ਡਾਇਰੈਕਟ ਕਰ ਰਹੇ ਨੇ ਅਤੇ ਫਿਲਮ ਦੀ ਹੀਰੋਇਨ ਸਿੱਧੀ ਆਹੂਜਾ। ਸੋ ਸਾਨੂੰ ਉਮੀਦ ਹੈ ਕਿ ਸਾਨੂੰ ਬਿਲਕੁਲ ਕਹਿ ਲਓ ਕਿ ਜੁਲਾਈ ਮਹੀਨੇ ਦੇ ਵਿੱਚ ਇੱਕ ਖੂਬਸੂਰਤ ਅਤੇ ਸ਼ਾਨਦਾਰ ਫਿਲਮ ਦੇਖਣ ਨੂੰ ਮਿਲੇਗੀ ਜਿਹਦਾ ਨਾਂ ਹੈ ਜੀ ਮਿੱਤਰਾਂ ਨੂੰ ਸ਼ੌਕ ਹਥਿਆਰਾਂ। ਪੰਜਾਬੀ ਟੇਸ਼ਨ ਤੁਸੀਂ ਦੇਖ ਰਹੇ ਹੋ ਜੀ, ਮੈਂ ਯੋਗੇਸ਼ ਗੁਰਨਾ। ਸੋ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਔਨ ਲੋਕੇਸ਼ਨ ਆਪਾਂ ਮੂਵੀ ਸ਼ੂਟ 'ਤੇ ਪਹੁੰਚੇ ਹੋਏ ਹਾਂ ਜੀ। ਸੋ ਮੇਰੇ ਨਾਲ ਮੂਵੀ ਦੇ ਤਿੰਨੋਂ ਹੀਰੋ ਖੜੇ ਆ ਜੀ, ਵਿਲਨ ਵੀ ਆ ਗਏ ਨੇ ਜੀ ਅਤੇ ਵਿਲਨ ਵੀ ਸਾਡੇ ਨਾਲ ਆ ਗਏ ਨੇ ਅਤੇ ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਜਿਹੜਾ ਹਥਿਆਰਾਂ ਦੀ ਫਿਲਮ ਇਹ ਲੈ ਕੇ ਆ ਰਹੇ ਨੇ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਕੀ ਖਾਸ ਹੈ ਇਸ ਫਿਲਮ ਦੇ ਵਿੱਚ ਅਤੇ ਕੀ ਤਿੰਨੋਂ ਹੀਰੋ ਕਰ ਰਹੇ ਨੇ। ਮੇਰੇ ਨਾਲ ਪ੍ਰੀਤ ਬਾਈ ਮੌਜੂਦ ਨੇ, ਦੀਪ ਬਾਈ ਮੌਜੂਦ ਨੇ ਅਤੇ ਵੀਰ ਬਾਈ ਮੌਜੂਦ ਨੇ ਅਤੇ ਵਿਲਨ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ, ਜਤਿਨ ਬਾਈ ਵੀ ਪਹੁੰਚ ਚੁੱਕੇ ਨੇ। ਸੋ ਗੱਲਾਂ ਬਾਤਾਂ ਕਰਦੇ ਇਹਨਾਂ ਨਾਲ ਕਿ ਕੀ ਮੂਵੀ ਦੇ ਵਿੱਚ ਇਹ ਖਾਸ ਕਰਨ ਜਾ ਰਹੇ ਨੇ। ਪ੍ਰੀਤ ਭਾਅ ਜੀ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿਸ ਤਰ੍ਹਾਂ ਦਾ ਕੈਰੈਕਟਰ ਤੁਸੀਂ ਇਸ ਮੂਵੀ 'ਚ ਨਿਭਾ ਰਹੇ ਹੋ। ਮੇਰੇ ਕੈਰੈਕਟਰ ਦਾ ਨਾਂ ਹੈ ਜੀ ਬਿੰਦਾ, ਬੜਾ ਕਿਤੇ ਨਾ ਕਿਤੇ ਥੋੜ੍ਹਾ ਸੀਰੀਅਸ ਜਿਹਾ ਬੰਦਾ ਜੀ, ਥੋੜ੍ਹਾ ਸੋਚ ਸਮਝ ਕੇ ਐਕਟ ਕਰਨ ਵਾਲਾ ਜੀ, ਬਟ ਯਾਰੀ ਨਿਭਾਉਣ ਨੂੰ ਤਕੜਾ ਜੀ। ਅਤੇ ਅਸੀਂ ਜਿਵੇਂ ਦਿਖਾਇਆ ਕਿ ਚਾਰੋਂ ਮੁੰਡੇ ਨੇ ਆਪਸੇ ਦੋਸਤ ਨੇ, ਇਹੋ ਜਿਹਾ ਕੋਈ ਨਹੀਂ ਕਿ ਕੋਈ ਗਰੁੱਪ ਹੈ ਜਾਂ ਕੋਈ ਮੋੜੀ ਹੈ ਜੀ, ਇੱਕ ਦੂਜੇ ਦੇ ਸੁਣਦੇ ਨੇ, ਇੱਕ ਦੂਜੇ ਨਾਲ ਯੂਨੋ ਫਰੈਂਡਸ਼ਿਪ ਪੂਰੀ ਹੈ ਇਹਨਾਂ ਦੀ ਜੀ, ਅਤੇ ਜਿਹੜੇ ਵੀ ਪੰਗਾ ਲੈਂਦੇ ਨੇ ਇਕੱਠੇ ਲੈਂਦੇ ਨੇ ਜੀ, ਪੰਗੇ ਪੰਗੇ 'ਚ ਗੱਲ ਕਿੱਥੇ ਪਹੁੰਚ ਜਾਂਦੀ ਹੈ ਹੁਣ ਜੀ। ਅੱਛਾ ਦੀਪਾ ਜੀ, ਨੋਰਮਲੀ ਆਪਾਂ ਦੇਖਦੇ ਹਾਂ ਕਿ ਕਈ ਬੰਦੇ ਚੰਗੇ ਹੁੰਦੇ ਨੇ ਪਰ ਯਾਰਾਂ ਦੋਸਤਾਂ ਦੀ ਢਾਣੀ ਵਿਗਾੜ ਦਿੰਦੇ ਆ, ਕੁਛ ਇੱਦਾਂ ਦਾ ਵੀ ਦੇਖਣ ਨੂੰ ਮਿਲੂਗਾ ਕਿ ਕੋਈ ਚੰਗਾ ਬੰਦਾ ਢਾਣੀ 'ਚ ਆਇਆ ਅਤੇ ਉਹ ਵਿਗਾੜ ਦਿੱਤਾ, ਕੁਛ ਇੱਦਾਂ ਦਾ ਵੀ ਕੁਛ ਕਹਿ ਲਓ ਕਿ ਫਿਲਮ 'ਚ ਦੇਖਣ ਨੂੰ ਮਿਲੂਗਾ? ਨਹੀਂ, ਇਹਦੇ 'ਚ ਆਲਰੇਡੀ ਵਿਗੜੇ ਹੋਏ ਨੇ ਜੀ, ਸਾਰੇ ਵਿਗੜੇ ਹੋਏ, ਸਾਰੇ ਵਿਗੜੇ ਹੋਏ ਨੇ, ਵਿਗੜੇ ਨਹੀਂ ਕਹਿ ਸਕਦਾ, ਇਹ ਵਿਜ਼ਨਲੈਸ ਲੋਕ ਨੇ ਜਿਨ੍ਹਾਂ ਦਾ ਕੋਈ ਲਾਈਫ 'ਚ ਭਟਕੇ ਹੋਏ ਨੇ ਜੀ, ਯਾਨੀ ਕਿ ਇਹਨੂੰ ਪਤਾ ਨਹੀਂ ਅਸੀਂ ਲਾਈਫ 'ਚ ਕਰ ਕੀ ਰਹੇ ਹਾਂ ਜੀ, ਜੋ ਪੰਜਾਬ 'ਚ ਆਪਣੇ ਨੌਜਵਾਨ ਮੁੰਡੇ ਕਰਦੇ ਨੇ, ਪੜ੍ਹ ਲਿਖ ਲਏ, ਰੋਜ਼ਗਾਰ ਲਈ ਸਾਧਨ ਹੈ ਨਹੀਂ ਹੈ, ਈਜ਼ੀ ਵੇ ਆਫ ਇਨਕਮ ਕੀ ਹੈ, ਬਸ ਉਹ ਕੰਮ ਸ਼ੁਰੂ ਕਰ ਲਿਆ ਜਿੱਥੋਂ ਸੌਖਾ ਯਾਨੀ ਕਿ ਸੌਖਾ ਕੰਮ, ਸੌਖੇ ਪੈਸੇ ਆ ਰਹੇ ਨੇ, ਉਸ ਪਾਸੇ ਤੁਰ ਪਏ ਨੇ, ਪਤਾ ਹੈ ਨਹੀਂ ਕੀ ਹੋਣਾ ਅੱਗੇ ਜਾ ਕੇ ਜੀ, ਅਤੇ ਬਸ ਉਹੀ ਇਹਨਾਂ ਦੇ ਸ਼ੌਕ, ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਇਹਨਾਂ ਨੂੰ ਕਿੱਥੇ ਲੈ ਤੁਰਦੀਆਂ ਨੇ ਜੀ, ਫਰੈਂਡ 'ਤੇ ਜਾ ਕੇ ਪਤਾ ਲੱਗਦਾ ਇਹਨਾਂ ਨੂੰ ਜਾ ਕੇ ਜੀ, ਬਿਲਕੁਲ। ਸੋ ਫਿਲਮ ਦੇ ਵਿਲਨ ਵੀ ਸਾਡੇ ਨਾਲ ਮੌਜੂਦ ਨੇ, ਤਿੰਨ ਹੀਰੋ ਅਤੇ ਇੱਕ ਵਿਲਨ, ਕਿਆ ਬਾਤ ਹੈ ਜੀ। ਸੋ ਸਾਨੂੰ ਤਾਂ ਇੱਦਾਂ ਹੀ ਦੱਸਿਆ ਗਿਆ ਕਿ ਵਿਲਨ ਖੜੇ ਆ, ਸੋ ਸਾਰੇ ਹੀਰੋ ਲੱਗਦੇ ਨੇ ਪਰ ਕਹਿ ਲਓ ਕਿ ਫਿਲਮ ਦੇ ਵਿੱਚ ਹੁਣ ਨੈਗੇਟਿਵ ਕੈਰੈਕਟਰ ਵੀ ਨਿਭਾਉਣੇ ਆ ਤੇ ਪੋਜ਼ਿਟਿਵ ਕੈਰੈਕਟਰ ਵੀ ਨਿਭਾਉਣੇ ਜੀ। ਸੋ ਨੈਗੇਟਿਵ ਕੈਰੈਕਟਰਾਂ ਦੇ ਨਾਲ ਹੁਣ ਆਪਾਂ ਗੱਲ ਕਰ ਲਈਏ, ਜਤਨ ਭਾਅ ਜੀ ਗੱਲ ਕਰ ਰਹੇ ਸੀ ਕਿ ਅੱਜ ਕੱਲ੍ਹ ਪਹਿਲਾਂ ਹੁੰਦਾ ਸੀ ਕਿ ਸਿਰਫ ਹੀਰੋ ਦੀ ਫਿਲਮ 'ਚ ਡਿਮਾਂਡ ਹੁੰਦੀ ਸੀ, ਅੱਜ ਕੱਲ੍ਹ ਨੈਗੇਟਿਵ ਕੈਰੈਕਟਰ ਦੀ ਵੀ ਬਰਾਬਰ ਉਨੀ ਡਿਮਾਂਡ ਰੱਖੀ ਜਾਂਦੀ ਹੈ ਤੇ ਆਡੀਅੰਸ ਸਪੈਸ਼ਲ ਕੀ ਹੋਇਆ ਓਕੇ ਤੇ ਆਡੀਅੰਸ ਜਿਹੜੀ ਸਪੈਸ਼ਲ ਵਿਲਨ ਨੂੰ ਵੀ ਦੇਖਣ ਆਉਂਦੀ ਹੈ, ਕੀ ਕਹਿਣਾ ਚਾਹੂੰਗਾ? ਨਹੀਂ ਵੀਰ ਜੀ, ਇਹ ਥੋੜ੍ਹਾ ਜਿਹਾ ਗਲਤ ਹੋ ਗਿਆ, ਵਿਲਨ ਦੀ ਡਿਮਾਂਡ ਪਹਿਲਾਂ ਵੀ ਹੁੰਦੀ ਸੀ, ਹੁਣ ਵੀ ਹੈ ਅਤੇ ਅੱਗੇ ਵੀ ਰਹੂਗੀ ਜੀ, ਜੇ ਵਿਲਨ ਨਹੀਂ ਹੋਣਗੇ ਤਾਂ ਹੀਰੋ ਕਿਸ ਕੰਮ ਦਾ ਜੀ, ਵਿਲਨ ਕੰਮ ਕਰੂਗਾ, ਗੰਦੇ ਕੰਮ ਕਰੂਗਾ ਤਾਂ ਹੀ ਹੀਰੋ ਅੱਗੇ ਆਊਗਾ, ਹੀਰੋ ਨੇ ਹੀਰੋ ਤਾਂ ਹੀ ਬਣਨਾ ਜੇ ਵਿਲਨ ਨੂੰ ਕੁੱਟ ਪਏਗੀ, ਤੇ ਵਿਲਨ ਉਹੋ ਜਿਹੇ ਕੰਮ ਕਰੇਗਾ ਹੀਰੋ ਬਣਨ ਦਾ ਮੌਕਾ ਮਿਲੇਗਾ ਹੀਰੋਆਂ ਨੂੰ ਪੈਣੀ ਕੋਟੀ ਆ, ਅਖੀਰ 'ਚ ਕੁੱਟ ਖਾਣੀ ਹੈ ਜੀ, ਬਿਲਕੁਲ। ਨਹੀਂ, ਮੇਰੇ ਕਹਿਣ ਦਾ ਭਾਵ ਭਾਅ ਜੀ ਇਹ ਸੀ ਕਿ ਪਹਿਲਾਂ ਹੀਰੋ ਬੇਸਡ ਫਿਲਮਾਂ ਬਣਦੀਆਂ ਸੀ, ਵਿਲਨ ਤਾਂ ਰੋਜ਼ੀ, ਪਰ ਹੁਣ ਵਿਲਨ ਬੇਸਡ ਵੀ ਫਿਲਮਾਂ ਬਣਦੀਆਂ ਨੇ, ਵੱਡੇ ਵੱਡੇ ਹੀਰੋ ਨੈਗੇਟਿਵ ਕੈਰੈਕਟਰ ਕਰ ਰਹੇ ਨੇ ਫਿਲਮਾਂ ਦੇ ਵਿੱਚ, ਇਸ ਕਰਕੇ ਮੈਂ ਕਹਿਣਾ ਕਿ ਅੱਜ ਕੱਲ੍ਹ ਵਿਲਨ ਵੀ ਉੱਡਾ ਹੀ ਕਹਿ ਲਓ ਕਿ ਰੁਤਬਾ ਰੱਖਦਾ ਜਿਹੜਾ ਹੀਰੋ ਰੱਖਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਫਿਲਮਾਂ ਲਿਖੀਆਂ ਜਾਂਦੀਆਂ ਨੇ, ਕੁਝ ਹੀਰੋਆਂ ਵਾਸਤੇ ਲਿਖੀਆਂ ਜਾਂਦੀਆਂ, ਕੁਝ ਵਿਲਨ ਵਾਸਤੇ ਲਿਖੀਆਂ ਜਾਂਦੀਆਂ ਨੇ, ਇਹ ਬਹੁਤ ਵਧੀਆ ਗੱਲ ਹੈ ਕਿ ਅੱਜ ਕੱਲ੍ਹ ਵਿਲਨ ਵਾਸਤੇ ਵੀ ਲਿਖੀ ਜਾਂਦੀ ਹੈ ਜੀ, ਬਿਲਕੁਲ, ਵਿਲਨ ਦਾ ਕੈਰੈਕਟਰ ਵੀ ਡਿਜ਼ਾਈਨ ਕੀਤਾ ਜਾਂਦਾ। ਤੇ ਹੁਣ ਤੁਸੀਂ ਇਸ ਫਿਲਮ 'ਚ ਆਪਣੇ ਕੈਰੈਕਟਰ ਬਾਰੇ ਥੋੜਾ ਜਿਹਾ ਦੱਸਣਾ ਚਾਹੋ ਤੇ ਕਿੰਨਾ ਕੁ ਖਤਰਨਾਕ ਵਿਲਨ ਹੈ? ਇਹ ਕਿੰਨਾ ਖਤਰਨਾਕ ਹੈ ਇਹ ਤਾਂ ਦੱਸਣਾ ਮੁਸ਼ਕਿਲ ਹੈ ਵੀਰੇ, ਬਟ ਮੈਂ ਇੱਕ ਪੁਲਿਸ ਕੋਪ ਦਾ ਕੈਰੈਕਟਰ ਕਰ ਰਿਹਾ ਤੇ ਉਹ ਬਾਕੀ ਫਿਲਮ ਦੇਖ ਵਿਗੜਿਆ ਹੋਇਆ ਪੁਲਿਸ ਵਾਲਾ, ਇਹ ਦੱਸਣਾ ਐਕਸਪਲੇਨ ਕਰਨਾ ਥੋੜ੍ਹਾ ਔਖਾ ਹੈ ਅਤੇ ਉਹ ਦੇਖ ਕੇ ਪਤਾ ਲੱਗੇਗਾ ਜੀ। ਭਾਅ ਜੀ ਤੁਸੀਂ ਆਪਣੇ ਕੈਰੈਕਟਰ ਬਾਰੇ ਜ਼ਰੂਰ ਦੱਸਿਓ ਸਾਨੂੰ। ਮੈਂ ਜੀ ਇਹਦੇ 'ਚ ਲਾਲੀ ਪਲੇ ਕਰ ਰਿਹਾ ਜੀ, ਐਂਟੀ ਗਰੁੱਪ ਦਾ ਗੁੰਡਾ ਮੈਂ ਜੀ, ਜਿਹੜਾ ਇਹਨਾਂ ਨਾਲ ਪੰਗੇ ਲੈਂਦਾ। ਤੁਸੀਂ ਵੈਸੇ ਸ਼ਕਲ ਤੋਂ ਵਿਲਨ ਲੱਗਦੇ ਨਹੀਂ ਸਾਨੂੰ, ਕਿਊਟ ਜਿਹੇ ਲੱਗਦੇ ਹੋ। ਕਿਉਂ ਫਿਰ ਬਾਕੀ ਪਰਫਾਰਮੈਂਸ ਕਰਾਂਗੇ ਫਿਰ ਪਤਾ ਲੱਗਿਆ ਕਿੱਦਾਂ ਦੀ ਨਿਕਲ ਕੇ ਆਉਂਦੀ ਹੈ, ਕਿਵੇਂ ਲੱਗਦੀ ਹੈ ਜੀ। ਅੱਛਾ ਫਿਲਮ ਦਾ ਨਾਂ ਹੈ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਹਥਿਆਰਾਂ ਦੀ ਕਾਫੀ ਗੱਲ ਹੋਣੀ ਆ, ਸੋ ਵੈਸੇ ਵੀ ਚਾਰੇ ਪਾਸੇ ਹਥਿਆਰਾਂ ਦੀ ਗੱਲ ਹੋ ਰਹੀ ਹੈ, ਤੁਹਾਡੇ ਕੀ ਵਿਚਾਰ ਨੇ ਹਥਿਆਰਾਂ ਬਾਰੇ? ਗਾਣੇ ਦੇਖਦੇ ਆਪਾਂ ਬਿਨਾਂ ਹਥਿਆਰ ਤੋਂ ਗਾਣਾ ਹੀ ਨਹੀਂ ਹਟ ਹੁੰਦਾ। ਦੇਖਦੇ ਆ ਲੋਕੀ, ਦੇਖ ਰਹੇ ਤਾਂ ਹੀ ਉਹ ਬਣੀ ਜਾ ਰਹੇ ਨੇ, ਲੋਕੀ ਦੇਖਣਾ ਬੰਦ ਕਰਦੇ ਮੈਨੂੰ ਲੱਗਦਾ ਗਾਣੇ ਬਣਨੇ ਵੀ ਬੰਦ ਹੋ ਜਾਣਗੇ, ਇੱਦਾਂ ਹੀ ਹੈ ਸਰ। ਫਿਲਮ ਦੇ ਵਿੱਚ ਕੋਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਹਥਿਆਰਾਂ ਨੂੰ ਬਾਰੇ? ਸਿਜ ਮੈਸੇਜ ਕੁਛ ਨਹੀਂ ਹੈ ਫਿਲਮ ਦੇ ਵਿੱਚ, ਐਸਾ ਕੁਛ ਨਹੀਂ ਹੈ ਕਿ ਆਪਾਂ ਪ੍ਰਮੋਟ ਕਰ ਰਹੇ ਹਾਂ ਕੁਛ, ਹੈ ਨਾ ਮੈਸੇਜ ਹਥਿਆਰਾਂ ਨੂੰ, ਫਿਲਮ ਦੇਖੋਗੇ ਪਤਾ ਲੱਗੇਗਾ ਕੁਛ ਨਹੀਂ ਹੈ ਕੀ ਹੈਗਾ ਮੈਸੇਜ ਕੀ ਐਕਚੁਅਲ ਚੱਲ ਰਿਹਾ ਜੀ।
ਪਹਿਲਾਂ ਵੀ ਵੇਖ ਚੁੱਕੇ ਨੇ ਅਤੇ ਕੁਝ ਹੋਰ ਸਰੋਤੇ ਵੀ ਪਹਿਲੀ ਵਾਰ ਤੁਹਾਨੂੰ ਵੇਖਣਗੇ, ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਵੱਲੋਂ, ਕੀ ਸੁਨੇਹਾ, ਕਿ ਕਿਹੋ ਜਿਹੀ ਫਿਲਮ ਉਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਵੱਲੋਂ? ਨਹੀਂ ਬੋਲੋ ਬੋਲੋ। ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਫੁੱਲ ਔਨ ਐਂਟਰਟੇਨਿੰਗ ਫਿਲਮ ਹੈ ਜੀ, ਅਤੇ ਮੁੱਦਾ ਜਿਵੇਂ ਤੁਸੀਂ ਕਿਹਾ ਕਿ ਹਰ ਗਾਣਾ ਜਾਂ ਕੋਈ ਵੀ ਫਿਲਮ ਹਥਿਆਰਾਂ ਤੋਂ ਬਿਨਾਂ ਪੰਜਾਬ 'ਚ ਗੱਲ ਨਹੀਂ ਹੁੰਦੀ, ਵਿਆਹਾਂ 'ਚ ਵੀ ਨੋਰਮਲੀ ਚੱਲਦੇ ਆ ਬਿਲਕੁਲ, ਅਤੇ ਉਸ ਇੱਕ ਮੁੱਦੇ ਨੂੰ ਲੈ ਕੇ ਫਿਲਮ ਬਣਾਈ ਹੈ ਪਰ ਇੱਕ ਫਰੈਂਡਸ ਦੀ ਜਰਨੀ ਦੇ ਥਰੂ ਉਹ ਗੱਲ ਕੀਤੀ ਹੈ, ਠੀਕ ਹੈ ਜੀ, ਅਤੇ ਕਿਵੇਂ ਇਹ ਫਿਲਮ ਇੱਕ ਐਂਟਰਟੇਨਿੰਗ ਸਬਜੈਕਟ ਲੈ ਕੇ ਆ ਰਹੀ ਹੈ ਪਰ ਕਿਤੇ ਨਾ ਕਿਤੇ ਸਾਇਲੈਂਟ ਮੈਸੇਜ ਹੈ, ਬਸ ਪ੍ਰੀਚਿੰਗ ਨਹੀਂ ਹੈਗੀ, ਆਪਾਂ ਕਿਸੇ ਨੂੰ ਗਿਆਨ ਦੇਣ ਨਹੀਂ ਆ ਰਹੇ ਇੱਥੇ, ਹੈ ਨਾ, ਯਾਰਾਂ 'ਚ ਫਨ ਹੈ, ਸਭ ਕੁਛ ਹੈਗਾ ਅਤੇ ਉਹ ਕਿਵੇਂ ਫਨ ਦੇ ਨਾਲ ਨਾਲ ਚੀਜ਼ਾਂ ਅੱਗੇ ਵੱਧਦੀਆਂ ਹੈ ਉਹ ਇਸ ਫਿਲਮ 'ਚ ਬੇਸਿਕਲੀ ਤੁਹਾਨੂੰ ਦੇਖਣ ਨੂੰ ਮਿਲੂਗਾ। ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, 19 ਜੁਲਾਈ ਜ਼ਰੂਰ ਆਇਓ। ਕਿਆ ਬਾਤ ਹੈ ਜੀ, ਕਿਆ ਬਾਤ। ਅੱਛਾ ਦੀਪਾ ਜੀ, ਆਖਰੀ ਸਵਾਲ, ਪੰਜਾਬੀ ਫਿਲਮਾਂ ਬਹੁਤ ਬਣ ਰਹੀਆਂ ਨੇ ਇਸ ਸਾਲ, ਆਲਮੋਸਟ 50 ਤੋਂ ਪਲੱਸ ਪੰਜਾਬੀ ਫਿਲਮਾਂ ਥੀਏਟਰ ਦੇ ਵਿੱਚ ਜਾਣੀਆਂ ਨੇ, ਕੰਪੀਟੀਸ਼ਨ ਬੜਾ ਸਟ੍ਰਿਕਟ ਹੈ, ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿੰਦਾ ਬਹੁਤ ਵਧੀਆ ਗੱਲ ਹੈ ਜੀ, ਪੰਜਾਬੀ 'ਚ ਫਿਲਮਾਂ ਬਣ ਲੱਗੀਆਂ ਨੇ ਜੀ, ਅਤੇ ਚੱਕਰ ਕਿ ਆਡੀਅੰਸ ਦਾ ਹਰ ਇੱਕ ਦਾ ਆਪਣਾ ਇੱਕ ਟੇਸਟ ਹੁੰਦਾ ਆ, ਹਰ ਇੱਕ ਨੂੰ ਆਪਣੀ ਇੱਕ ਚੋਇਸ ਹੁੰਦੀ ਹੈ, ਕਿਸੇ ਨੂੰ ਕਾਮੇਡੀ ਚੰਗੀ ਲੱਗਦੀ ਹੈ, ਕਿਸੇ ਨੂੰ ਐਕਸ਼ਨ ਚੰਗੀ ਲੱਗਦੀ ਹੈ, ਸੋ ਸਾਡਾ ਟਾਰਗੇਟ ਇਹ ਹੈ ਕਿ ਅਲੱਗ ਅਲੱਗ ਫਲੇਵਰ ਦੀਆਂ ਫਿਲਮਾਂ ਲੋਕਾਂ ਤੱਕ ਲੈ ਕੇ ਆਈਏ ਜੀ, ਅਤੇ ਜਿਹੜੀਆਂ ਕਾਮੇਡੀ ਨੇ ਉਹ ਵੀ ਚੱਲਣ, ਜਿਹੜੀਆਂ ਐਕਸ਼ਨ ਓਰੀਐਂਟਡ ਉਹ ਵੀ ਚੱਲਣ, ਰੋਮਾਂਟਿਕ ਚੱਲਣ, ਤਾਂ ਕਿ ਥੀਏਟਰ ਫੁੱਲ ਰਹਿਣੇ ਚਾਹੀਦੇ ਨੇ, ਚਾਹੇ ਇੱਕ ਟਾਈਮ ਦੇ ਵਿੱਚ ਚਾਰ ਪੰਜਾਬੀ ਫਿਲਮਾਂ ਰਿਲੀਜ਼ ਹੋ ਜਾਣ ਤਾਂ ਚਾਰਾਂ ਦੇ ਸ਼ੋਅ ਫੁੱਲ ਹੋ ਜਾਣੇ ਚਾਹੀਦੇ ਨੇ। ਕੀ ਬਾਤ ਹੈ, ਹਾਂ ਕੀ ਬਾਤ, ਕਿਉਂਕਿ ਸਾਡੇ ਪੰਜਾਬ ਵਿੱਚ ਇਹਦੇ ਨਾਲ ਇੱਕ ਤਾਂ ਰੋਜ਼ਗਾਰ ਜਨਰੇਟ ਹੋ ਰਿਹਾ ਹੈ, ਕਿੰਨੇ ਲੋਕਾਂ ਨੂੰ ਕੰਮ ਮਿਲ ਰਿਹਾ ਹੈ, ਤਾਂ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ ਆਪਸ ਵਿੱਚ ਵੀ ਉਹਦੀ ਫਿਲਮ ਰਿਲੀਜ਼ ਹੋ ਰਹੀ ਹੈ ਜਾਂ ਸਾਡੀ ਆ ਰਹੀ ਹੈ, ਬੈਟਰ ਕਿ ਸਾਰੇ ਇਕੱਠੇ ਗਰੋ ਕਰਨ ਦਾ ਬੈਟਰ ਹੈ ਸਾਡੀ ਇੰਡਸਟਰੀ ਵਾਸਤੇ। ਕੀ ਬਾਤ ਹੈ ਜੀ, ਬਿਲਕੁਲ। ਸੋ ਇੱਕ ਹੋਰ ਖੂਬਸੂਰਤ ਮੂਵੀ ਸਾਨੂੰ ਜੁਲਾਈ ਮਹੀਨੇ 'ਚ ਵੇਖਣ ਨੂੰ ਮਿਲਣੀ ਹੈ ਜੀ, ਜਿਹਦਾ ਨਾਂ ਹੈ ਜੀ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਸੋ ਫਿਲਮ ਦੀ ਕਹਿ ਲਓ ਕਿ ਲੀਡ ਕਾਸਟ ਮੇਰੇ ਨਾਲ ਸਾਡੇ ਹੀਰੋ ਅਤੇ ਸਾਡੇ ਵਿਲਨ ਮੇਰੇ ਨਾਲ ਮੌਜੂਦ ਨੇ, ਤੁਸੀਂ ਗੱਲਾਂ ਬਾਤਾਂ ਸੁਣ ਲਈਆਂ ਨੇ ਜੀ, ਸੋ ਹੁਣ ਤੁਸੀਂ ਜੁਲਾਈ ਨੂੰ ਭਾਜੀ ਡੇਟ ਤੁਸੀਂ ਦੁਬਾਰਾ ਦੱਸ ਦਿਓ ਇੱਕ ਵਾਰ। 19 ਜੁਲਾਈ ਪਲੀਜ਼ ਜ਼ਰੂਰ ਆਉਣਾ, ਸਾਰਿਆਂ ਨੇ ਆਉਣਾ, ਇਕੱਠੇ ਆਉਣਾ ਅਤੇ ਖੂਬ ਖੱਪ ਪਾਉਣੀ ਹੈ। 19 ਜੁਲਾਈ ਤੁਸੀਂ ਡੇਟ ਨੋਟ ਕਰ ਲਓ ਜੀ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਹੁਣ ਦੇਖਣਾ ਕਿ ਭਾਜੀ ਕਿੰਨੇ ਕੁ ਖਤਰਨਾਕ ਹਥਿਆਰ ਫਿਲਮ 'ਚ ਚਲਾਉਂਦੇ ਨੇ ਅਤੇ ਕੀ ਖਾਸ ਸਾਨੂੰ ਮੂਵੀ 'ਚ ਦੇਖਣ ਨੂੰ ਮਿਲਦਾ। 19 ਜੁਲਾਈ ਡੇਟ ਨੋਟ ਕਰ ਲਓ, ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ ਜੀ, ਜੁੜੇ ਰਹਿਣਾ ਪੰਜਾਬੀ ਟੇਸ਼ਨ ਦੇ ਨਾਲ।